चलो ए, तेरे वर्ग की असली जगह जेल च हैगी। ਭਾਬੀ ਬਾਈ ਕਿੱਥੇ ਆ? ਬਾਈ ਇੱਥੇ ਇੱਥੇ ਆ, ਕਿਤੇ ਮੱਲਾ ਦੀ ਬਾਹਰ ਹੀ ਖੜਾ ਹੋਣਾ ਕਿਸੇ ਮੋੜ ਤੇ। ਮੈਂ ਮੋਟਰਸਾਈਕਲ ਲੈ ਕੇ ਜਾਣਾ ਸੀ, ਸਾਡੇ ਵਾਲਾ ਹੈ ਨਹੀਂ ਘਰੇ ਅੱਜ। ਮੋਟਰਸਾਈਕਲ ਤਾਂ ਲੈ ਜੀ, ਖੜਾ ਇੱਥੇ। ਆ ਮੜਾ ਮੜੀ ਬਾਹਾਂ ਤਾਂ ਕਰੀ ਮੇਰੀਆਂ। ਉਹ ਦੇਖੀ भाई कॉफी दे दे यार। दो पता ही है मैनू, सीसीडी दी कॉफी ते गिजी हुई है, कॉफी ओ पीएंगी। अमन अपने कॉलेज आज लास्ट डे है। अपनी स्टडी हुन कंप्लीट हो चुकी है। फिर मैं चाहनी हां कि आपा दोनों हुन मैरिज करवा लिए। वधिया करवा ले। फिर करवा ले दा की मतलब? पुआ चार बार करे रिश्ता लेके आ चुकी है, नाल थोड़े मुंडिया दी ए प्रॉब्लम है। जब तक कुड़ी हां नहीं करदी तब तक तुसी उसे पीछे पीछे, जब कुड़ी हां कर दिंदी है तब तुसी उसे इग्नोर करना स्टार्ट कर दिंदे हो। मैं तेनू पहले दिन ही कहा सीगा कि जिस नाल मैं प्यार करूंगी उस दे नाल ही विआह करवाऊंगी। हूं दा की मतलब? तू मेरे पीछे सीरियस नहीं हैगा? हैगा। चल फिर ये दस, मेरे घर रिश्ता लेके कदों आ रहे हैं? देख की है ब्याह बुआ, जब जिन्ना खा भी लिया घूम फिर ले बहुत है, ब्याह तो आपके घर दी मर्जी नाल ही करवाना आपां ने। इसका मतलब तू मेरे नाल ब्याह नहीं करवाना? सोचांगे। देख अपना होर कामां तेरे नाल, पर आह काम यार आपां तों नहीं होना। मैं सब सूता फस गया यार, होर किनू कहां यार मैं। ये काम रिस्की ने, जा तेरे ताई नू कह। ना ना भाई, ताया छित्तर लेके मगर पैजू मेरे। जा फिर इंद्र भाई नू कह दे। इंद्र नाल कर दे गल। हाँ उन्हू कह, वो समझाऊगा।
ਬਾਈ ਕਿਵੇਂ ਆ? ਠੀਕ ਹੈ। ਸਿਹਤਾਂ ਵਧੀਆ ਨੇ? ਮੇਰੀਆਂ ਸਿਹਤਾਂ ਵਧੀਆ ਨੇ, ਤੂੰ ਕਿਵੇਂ ਟੈਨਸ਼ਨ 'ਚ ਹੋਏ? ਯਾਰ ਬਾਈ ਗੱਲ ਟੈਨਸ਼ਨ ਵਾਲੀ ਹੈਗੀ ਵੀ ਹੈ ਵੀ ਨਹੀਂ। ਤੇਰੀ ਭਾਬੀ ਮਿਲੀ ਸੀ ਯਾਰ ਅੱਜ ਕਾਲਜ 'ਚ, ਵਿਆਹ ਬਾਰੇ ਕਹਿੰਦੀ ਸੀ ਗੱਲ ਕਰਨ ਨੂੰ। ਭਾਬੀ ਪਤੰਦਰਾ ਚੋਰੀਆਂ ਚੋਰੀਆਂ ਹੈ ਬਾਈ, ਨਾਲ ਹੀ ਪੜ੍ਹਦੀ ਆ ਉੱਥੇ ਕਾਲਜ 'ਚ ਮੇਰੇ ਨਾਲ। ਦੇਖ ਕੇ ਕਰਾਈ ਭਰਾਵਾ, ਆ ਲਵ ਲੁਵ ਮੈਰਿਜ ਵਾਲੀਆਂ ਇਹ ਨਹੀਂ ਰੋਟੀ ਦਿੰਦੀਆਂ ਹੈਗੀਆਂ। ਉਹ ਨਾ ਬਾਈ, 3 ਸਾਲ ਹੋ ਗਏ ਸਾਨੂੰ ਇਕੱਠੇ ਪੜ੍ਹਦਿਆਂ ਨੂੰ, ਸੁਭਾਅ ਸੁਭੂ ਵਧੀਆ ਕੁੜੀ ਦਾ, ਜਿਹੜੇ ਊਂ ਵੀ ਤਾਂ ਕਰਦੇ ਕਰਨਗੇ ਹੁਣ ਵਿਆਹ। ਆਹੋ ਆਹ ਵੀ ਤੇਰੀ ਗੱਲ ਸਹੀ ਹੈ, ਕਿਸੇ ਦੀ ਸਹੇਲੀ ਨੂੰ ਕਰਾਉਣ ਨਾਲੋਂ ਆਪਦੀ ਨਾਲੇ ਕਰਾ ਲੈ। ਤੂੰ ਦੱਸ ਮੈਂ ਤੇਰੀ ਕੀ ਮਦਦ ਕਰ ਸਕਦਾ? ਮਦਦ ਤਾਂ ਬਾਈ ਤੂੰ ਹੀ ਕਰ ਸਕਦਾ, ਹੁਣ ਤੈਨੂੰ ਜਾਣਾ ਪਊ ਬਾਈ ਰਿਸ਼ਤਾ ਲੈ ਕੇ ਕੱਲ ਨੂੰ ਉਹਦੇ ਘਰੇ, ਆਪਾਂ ਸਰਪ੍ਰਾਈਜ਼ ਦੇਣਾ ਉਹਨੂੰ। ਲੈ ਜੇ ਪਤੰਦਰਾ ਤੇਰਾ ਕੰਮ ਨਹੀਂ ਕਰਾਂਗੇ ਹੋਰ ਕਿਹਦਾ ਕਰਾਂਗੇ? ਮੈਂ ਤਾਂ ਬਾਈ ਮੈਨੂੰ ਮਾਣ ਹੈ ਤੇਰੇ 'ਤੇ। ਤੂੰ ਸੋਚਣਾ ਕਰ, ਆ ਮੈਂ ਤੇ ਤੇਰੀ ਭਾਬੀ ਕੱਲ ਨੂੰ ਜਾਵਾਂਗੇ। ਠੀਕ ਆ ਬਾਈ, ਠੀਕ ਹੈ, ਪਰਵਾਹ ਨਾ ਕਰ, ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ। ਵਿਆਹਣ ਕਿਵੇਂ ਲੰਘਦਾ ਜਾਣਾ ਹੈ? ਆ ਜਾ ਚਾਹ ਪਿਆਵਾਂ। ਬਸ ਭਾਬੀ ਹੁਣ ਤਾਂ ਰੱਬ ਸੁੱਖ ਰੱਖੇ, ਚਾਹ ਨਾਲ ਲੱਡੂ ਹੀ ਖਾਵਾਂਗੇ। ਅੱਛਾ ਲੱਡੂ ਖਾਵਾਂਗੇ। ਲੈ ਚਾਹ ਦੀ ਘੁੱਟ ਬਣਾ ਫਿਰ ਖੇਤ ਜਾ ਕੇ। ਮੈਂ ਚਾਹ ਤਾਂ ਬਣਾਉਣੀ ਆ, ਮੈਂ ਦੱਸ ਅਮਨ ਬੜਾ ਅੱਜ ਖੁਸ਼ ਹੋਇਆ ਫਿਰਦਾ ਸੀ, ਨੌਕਰੀ ਨੌਕਰੀ ਲੱਗ ਗਿਆ ਕਿਤੇ। ਓਏ ਨੌਕਰੀ ਕਾਹਨੂੰ, ਉਹ ਤਾਂ ਵਿਆਹ ਦੀ ਗੱਲ ਕਰਨ ਆਇਆ ਸੀ। ਵਿਆਹ? ਤੂੰ ਤੜਕੇ ਤਿਆਰ ਰਹੀ, ਆਪਾਂ ਦੋਨੋਂ ਜਣੇ ਜਾ ਕੇ ਆਉਣਾ ਸਵੇਰੇ। ਲੈ ਸ਼ੁਕਰ ਹੈ ਕਿਤੇ ਅਮਨ ਵੀ ਮੰਨ ਗਿਆ ਰਿਸ਼ਤੇ ਨੂੰ, ਮੈਂ ਤਾਂ ਪਹਿਲਾਂ ਹੀ ਸੋਚੀ ਫਿਰਦੀ ਸੀ ਵੀ ਆਪਾਂ ਨੂੰ ਬੀਰੀ ਦਾ ਰਿਸ਼ਤਾ ਕਰਾਵਾਂਗੇ, ਆਪਾਂ ਸਵੇਰੇ ਚੱਲਾਂਗੇ। ਬੀਰੀ ਦਾ ਰਿਸ਼ਤਾ? ਹੋਰ ਉਹ ਬੀਰੀ ਅਨਪੜ੍ਹ, ਅਮਨ ਪੜ੍ਹਿਆ ਲਿਖਿਆ, ਇਹਨਾਂ ਦਾ ਕੀ ਜੋੜ ਦੋਨੋਂ ਜਣੇ ਦਾ ਭਲਾ? ਲੈ ਰਿਹਾ ਨਾ ਝੁੱਡੂ ਦਾ ਝਿੱਡੂ, ਜੇ ਇਹਨੂੰ ਆਪਾਂ ਨੀ ਰਿਸ਼ਤਾ ਕਰਾਉਂਦੇ ਹੋਰ ਇਹ ਰਿਸ਼ਤਾ ਕਿ ਕੌਣ ਕਰਾ ਰਿਹਾ ਇਹਨੂੰ? ਓਏ ਮੈਂ ਤਾਂ ਐਂ ਸੁਣਿਆ ਇਹਦੇ ਨਾਲੇ ਪੜ੍ਹਦੀ ਆ ਕੁੜੀ, ਸੁਣਿਆ ਵਕੀਲ ਵਕੂਲ ਦਾ ਕੋਰਸ ਕਰਦੀ ਹੈ, ਵਕੀਲਣੀ ਹੈ। ਵੇ ਰਿਹਾ ਨਾ ਝੁੱਡੂ ਦਾ ਝੁੱਡੂ, ਵੇ ਮੈਂ ਤਾਂ 8 ਕਿੱਲੇ ਬਣਾਉਣ ਨੂੰ ਫਿਰਦੀਆਂ 4 ਕਿੱਲਿਆਂ ਤੋਂ, ਤੂੰ 4 ਕਿੱਲਿਆਂ ਤੋਂ 2 ਕਿੱਲੇ ਬਣਾਉਣ ਨੂੰ ਫਿਰਦਾ। ਵੇ ਤੇਰੀ ਮਾਰੀ ਮੱਤ, ਉਰਿਆ ਮੇਰੀ ਗੱਲ ਸੁਣ। ਸਮਝ ਗਿਆ ਕਿ ਨਹੀਂ? ਹੁਣ ਉਹ ਤੂੰ ਆਪਣੀ ਮੱਤ ਆਪਦੇ ਕੋਲ ਰੱਖ, ਮਾਫੀ ਕਰ ਲੂ ਜਿਹੜਾ ਕੁਛ ਕਰਨਾ ਹੋਇਆ। ਨਾ ਤਾਂ ਤੇਰਾ ਆਪਦਾ ਦਿਮਾਗ ਕੰਮ ਕਰਦਾ, ਨਾ ਤੂੰ ਕਿਸੇ ਦੇ ਕਹਿਣ ਤੋਂ ਮੰਨਦਾ। ਕਿੱਥੇ ਇਹ ਡਮਰੂ ਮੇਰੇ ਪੱਲੇ ਪੈ ਗਿਆ। ਜੜਾ ਵੱਢਣ ਨਹੀਂ ਲਾਉਣ ਚੱਲਿਆ। ਦੇਖ ਬਾਈ ਜੇ ਸਾਡੀ ਭੈਣ ਨੂੰ ਮੁੰਡਾ ਪਸੰਦ ਹੈ ਤਾਂ ਸਾਡੇ ਵੱਲੋਂ ਕੀ ਇਤਰਾਜ਼ ਹੈ? ਕਿਉਂ ਡੈਡੀ? ਇੱਕ ਮਿੰਟ ਪੁੱਤ, ਮੁੰਡੇ ਨੂੰ ਜ਼ਮੀਨ ਕਿੰਨੀ ਆਉਂਦੀ? ਦੇਖੋ ਜੀ ਸਰਦਾਰ ਸਾਹਿਬ, ਮੁੰਡੇ ਨੂੰ ਊਂ ਤਾਂ ਆਉਂਦੀ ਹੈ ਜੀ ਪੂਰੇ 10 ਕਿੱਲੇ ਜ਼ਮੀਨ। ਬਈ ਖੁੱਲ੍ਹ ਕੇ ਦੱਸ ਕੀ ਗੱਲ ਹੈ? ਗੱਲ ਐਵੇਂ ਹੈ ਸਰਦਾਰ ਸਾਹਿਬ ਕਿ 5 ਕਿੱਲੇ ਉਹਦੇ ਤਾਏ ਦੇ ਵੀ ਆਉਂਦੇ ਨੇ, ਜਿਹੜਾ ਕਿ ਛੜਾ ਹੈ। ਹੁਣ ਕੱਲ੍ਹ ਕਲਾ ਨੂੰ ਉਹਦਾ ਤਾਇਆ ਹਿੱਸਾ ਵੰਡਾ ਕੇ ਲੈ ਜੇ, ਦੇਖੋ ਉਹਦੀ ਜ਼ਿੰਮੇਵਾਰੀ ਤਾਂ ਨਹੀਂ ਮੈਂ ਚੱਕ ਸਕਦਾ ਹੈਗਾ। ਦੇਖੋ ਬਾਈ ਤੈਨੂੰ ਵੀ ਪਤਾ ਹੈ 5 ਕਿੱਲੇ ਵਾਲੇ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਹੈ, ਨਾਲੇ ਉਹ ਸਾਡੀ ਭੈਣ ਦਾ ਖਰਚਾ ਕਿੱਥੋਂ ਚੱਕ ਲੈਣਗੇ? ਕਿਉਂ ਡੈਡੀ? ਦੇਖ ਬਾਈ ਸਾਡੇ ਵੱਲੋਂ ਕੋਰੀ ਨਾ ਆਏਗੀ। ਚਲੋ ਜੀ।
ਤੁਹਾਡੀ ਮਰਜ਼ੀ ਹੈ ਸਰਦਾਰ ਸਾਹਿਬ ਫਿਰ ਸਤਿ ਸ਼੍ਰੀ ਅਕਾਲ ਜੀ ना सालिया जे तेन एडे वे घर का रिश्ता करा दे थले लग गया फिर तेरे हैलो क्यों बन गई गल अमन अज तो बाद तू मैनू कॉल ना करी की गल होगी मैं तो बाई भेजा हुआ घरे रिश्ते की गल करना तू एक नंबर दा झूठा इंसान है ਉਹ ਗੱਲ ਤਾਂ ਦੱਸ ਯਾਰ ਤੂੰ ਕਹਿੰਦਾ ਸੀ ਨਾ ਤੇਰੇ ਕੋਲ 10 ਕਿੱਲੇ ਜ਼ਮੀਨ ਹੈ ਹਾਂ ਫਿਰ 10 ਹੀ ਨੇ ਤੈਨੂੰ ਕਿਹਨੇ ਕਿਹਾ ਘੱਟ ਨੇ ਪਰ ਤੈਨੇ ਇਹ ਤਾਂ ਦੱਸਿਆ ਨਹੀਂ ਹੈਗਾ ਕਿ 5 ਕਿੱਲੇ ਤੇਰੇ ਤਾਏ ਦੇ ਵੀ ਨੇ ਉਹ ਯਾਰ ਪਾਗਲ ਹੈ ਤੂੰ ਮੇਰੇ ਨਾਲ ਤਾਂ ਰਹਿੰਦਾ ਤਾਇਆ ਸਾਰਾ ਕੁਝ ਆਪਣਾ ਹੀ ਹੈ ਕਿੰਨੇ ਕੁ ਸਫਾਈਆਂ ਦੇਗਾ ਹੁਣ ਬਸ ਕਰ ਉਹ ਸ਼ਟ ਅਪ देख छोटे भाई मैं तो पूरी बात आ ला ली मनाने की बहुत कोशिश करी पर गल बनी नहीं वो तो ठीक है भाई तू तो बहुत जोर लाया पर साली एडी गल नहीं सी जवाब देने वाली देख सब नू पता है जदों दा बापू गुजर है ताए ने मैनू किवें पाले ਤਾਇਆ ਸ਼ੁਰੂ ਤੋਂ ਆਪਣੇ ਨਾਲ ਰਹਿੰਦਾ ਗੱਲ ਤਾਂ ਕਿਉਂ ਨਹੀਂ ਨਿਕਿਆ ਵੈਸੇ ਕਿਤੇ ਨਾ ਕਿਤੇ ਉਹ ਵੀ ਸਹੀ ਨੇ ਆਪਣੀ ਜਗ੍ਹਾ 'ਤੇ ਉਹ ਕਿਵੇਂ ਬਾਈ ਮਨ ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕਿ ਤੇਰਾ ਤਾਇਆ ਤੇਰੇ ਨਾਲ ਹੈ ਤੇਰੇ ਸਾਹ 'ਚ ਸਾਹ ਲੈਂਦਾ ਪਰ ਜੇ ਕੱਲ੍ਹ ਘਰਾਂ ਨੂੰ ਕਿਸੇ ਨੇ ਉਂਗਲ ਲਾਤੀ ਫਿਰ ਨਾ ਬਾਈ ਆਪਣਾ ਤਾਇਆ ਭੋਲਾ ਬੰਦਾ ਉਹ ਕਿਸੇ ਦੀ ਚੱਕ 'ਚ ਆਉਣ ਵਾਲਾ ਬੰਦਾ ਨਹੀਂ ਚੱਕ 'ਚ ਤਾਂ ਉਹਨਾਂ ਨਾਲ ਆਪਣਾ ਪਿੰਡ ਦਾ ਬਿੱਲੂ ਨਹੀਂ ਸੀ ਆ 45 ਸਾਲ ਦੀ ਉਮਰ 'ਚ ਜਾ ਕੇ ਵਿਆਹ ਕਰਾ ਲਿਆ ਛੜੇ ਬੰਦੇ ਦਾ ਭਰੋਸਾ ਥਾਲ 'ਚ ਪਏ ਪਾਣੀ ਵਰਗਾ ਹੁੰਦਾ ਜਿਹੜਾ ਇੱਕ ਜਗ੍ਹਾ 'ਤੇ ਟਿੱਕ ਨਹੀਂ ਰਹਿੰਦਾ ਬਾਈ ਤੂੰ ਮੇਰੇ ਵਾਸਤੇ ਇੰਨਾ ਕੀਤਾ ਹੁਣ ਅੱਗੇ ਵੀ ਤੂੰ ਹੀ ਹੱਲ ਕਰ ਬਾਈ ਕੋਈ ਹੱਲ ਦੱਸ ਮੈਂ ਤਾਂ ਦੇਖ ਛੋਟੇ ਭਾਈ ਤੇਰੇ ਨਾਲ ਪਹਿਲਾਂ ਵੀ ਤੇਰੇ ਨਾਲ ਸੀ ਹੁਣ ਵੀ ਤੇਰੇ ਨਾਲ ਆ ਦੇਖ ਸਿਆਣੇ ਕਹਿੰਦੇ ਨੇ ਜੇ ਕਿਸੇ ਕੰਮ ਦੇ ਵਿੱਚ ਆਪਣੇ ਕੋਈ ਰੋੜਾ ਅੜਚਣ ਬਣਦਾ ਨਾ ਤਾਂ ਉਹਨੂੰ ਚੱਕ ਦੇਣਾ ਚਾਹੀਦਾ ਮੈਂ ਸਮਝਿਆ ਨਹੀਂ ਬਾਈ ਸਮਝਾ ਵੀ ਦਿੰਦਾ ਜੇ ਗੁੱਸਾ ਨਾ ਕਰੇ ਤਾਂ ਆ ਤੇਰੇ ਤਾਏ ਦਾ ਕੰਡਾ ਕੱਢਣਾ ਪੈਣਾ ਇਹ ਕੀ ਗੱਲਾਂ ਕਰਦਾ ਬਾਈ ਤੂੰ ਇਹੋ ਜਿਹੇ 100 ਰਿਸ਼ਤੇ ਛੱਡ ਦੂੰ ਬਾਈ ਮੈਂ ਤਾਏ ਪਿੱਛੇ ਉਹ ਫਿਰ ਆਇਆ ਕਰੀ ਆ ਤੇਰੀ ਚਮਕ ਚੱਲੋ ਦੇ ਸੁਪਨੇ ਲੈਣੇ ਵੀ ਛੱਡ ਦੇ Thank you.
मैं सारा कुछ अपने प्यार वास्ते कीता हूं ना मैं जल्दी सब कुछ ठीक कर दूं फिर आप ब्याह करावांगे शट अप तेरे वर्गी कातिल नाल ब्याह कराउण नाल तां मैं खूच छाल मार के मर जा हूं सरदा रही जेल दे विच Hehehehe